सलाम अलैकुम। उम्मीद करना सुन तुसा सारे संगी दोस्त भैन भरा ठीक ठाक हो। सो मैं ता चौधरी नुमान आए हुए हैं डेम पर दोबारा बैकग्राउंड ही तुसा तकने सो बगले ना खलती वा ते हुन दो ही खलती वा ते अले इलाका छत्रो ते खुशखबरी है कि डेम पर सुनता रेत नहीं थी। सुनता गया इत्थे मौके पर मौजूद हाँ ते चुल्ले आ तुसें कि विजिट कराने चौधरी साहब होर तुसां सुनाओ। ठीक ठाक जी, रेत निकली आई है लेकिन एक बिच इशू है कि बिच नाला जाए लोका जा तो उसने रुकावट है तो उन्होंने उसने पैप पेसी उत्थे मुड़ी तो फिर बड़ी ट्रैक्टर ठीक तो उस वजह तो जाए थोड़ा जहा कम रुकिया बाकी है कि राह शाह बनाई ओड़िया ने राह इसी लोहारा ने कसा ले राह तो रेत जी निकती है वह निकती ढक्की मोड़े ने बिल्कुल नीचे जरा चू तकरीबन बाने के 20 साल 15-20 साल पहले इतों निकली होनी सी एवें तो क्डने होने से इधरों मुन जरा पुराने युग निकली होनी सी पहले तो हूँ ये कोई आने काफ़ी लॉन्ग टाइम तो बाद दोबारा इतों निकती तो हूँ जुड़े तुम वीडियो ही दसने अगर कंप्लीट वीडियो वॉच कर सो तो पता लग जाए कि जो रेत निकती चुनने वीडियो स्टार्ट करने बकले ना वापस जा रही कमीशन उत्थे फिर रेत शेत जी क्ढी ने फिर राह शाह बनाया ने ये सारा राह बनाया ने इन्ना दोबारा ने कथे चो इसी राह सारा रेत उन्हें निकली है छत्रों तो हूँ चुले हाँ नीचे कंप्लीट वीडियो गै दसने तोड़ जुले जिथे रेत निकल सी वो भी दसने हूँ भी साढ़े इतना डेम भरी पे दोए हाँ जी सर क्या बने हो बस ये जी उम्मीद आने रेत निकली आई रेत निकली आई बस खाली कोई राह कोई राह शाह सीधा करने पे हूँ दो साढ़े ले हूँ खुश हट 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 चौधरी साहब ही घले रही है बाकी वाम गई ली हम जुने रहा तुम दसने राह बनाया रेत जी नुआने माशाल्लाह बहुत ज्यादा है ये आने पहले पहले नहीं बहुत सा पहले इतू करते हैं 15-20 साल पहले असल उतू पानी हटना कोनी पे जिस जगह बेला है रेत इतना पानी तो पिछली वीडियो जी ने दसिया आम की के उतना तो जा काफी पानी सी ये है कि खाली एक कोई पाइप पानी वाला बाने जुगाड़ बाकी फिर स्टार्ट कर सन एक अच्छा पाइप था बस पाइप बस न गुड़े दे के सन दसने आवाम क्यों की कड़ी है पाइप बस
ਉਹ ਆ ਨਾ ਮੀਟਰ ਵਿੱਚ ਪਾਈਪ ਜਿਹੜਾ ਪਾਣੀ ਨਹੀਂ ਜਾਣਾ ਫਿਰ ਆਪਣੇ ਪੁੱਲੀ ਟਾਈਪ ਬਣ ਜਾ ਪੁੱਲੀ ਟਾਈਪ ਬਣਾ ਹਨ ਨੇੜਾ ਹੀ ਗਿਆ ਅਸਾਂ ਨਜ਼ਦੀਕ ਹੋਈ ਤਾਂ ਤੁਸੀਂ ਦੱਸਿਆ ਜਾ ਵਾਂ ਕਿ ਚਾਹ ਸੂਰਤ ਹਾਲ ਹੈ ਪਾਣੀਆਂ ਨੇ ਇਹ ਰਸਤਾ ਜਿਹੜਾ ਬਣਾਉਣਾ ਹੈ ਇਹ ਕਿਹਾ ਜਿਤਨਾ ਵੀ ਏਰੀਆ ਹੈ ਨਾ ਸਾਰਾ ਰੇਤ ਹੀ ਹੈ ਰੇਤ ਹਾਲੀ ਹੁਣ ਹਾਲੀ ਜਿਹੜਾ ਹੁਣ ਇਹ ਹਾਏ ਰਹਿਣਾ ਪਿਆ ਜਿਹੜਾ ਪਾਣੀ ਦਰੂਛਣਾ ਪਿਆ ਆਪਣੋ ਇਹ ਤਾਂ ਕੋਈ ਪਾਈਪ ਸ਼ਾਇਪ ਕੋਈ ਇਸ ਤਰੀਕੇ ਨਾਲ ਦਫਤਰ ਜਿਹੜਾ ਹੈ ਪਾਣੀ ਜਿਹੜਾ ਆ ਇਹ ਪਰਲਾ ਏਰੀਆ ਸਾਰਾ ਹੈ ਇਹ ਸਾਰੀ ਰੇਤ ਹੀ ਹੈ ਰੇਤ ਵੀ ਹੈ ਕਿ ਪਰ ਮਲੀ ਥੀ ਗੁਣੀ ਜ਼ਰਾ ਜ਼ਰਾ ਮਲੀ ਸਾਰੀ ਟੋਟਲ ਰੇਤ ਹੀ ਹੈ ਜਿਹਦੇ ਤਾਂ ਖਲਤੇ ਮੈਂ ਇਹ ਵੀ ਰੇਤ ਹੀ ਹੈ ਸਾਰੀ ਜਿਹੜਾ ਇਹ ਪਾਣੀ ਦਰੂਛਣੇ ਸੀ ਭੰਨੀ ਤੇ ਇਸ ਨੂੰ ਕੋਈ ਹੱਲ ਕਰ ਸਕਣ ਬਾਕੀ ਏਰੀਆ ਦੱਸੋ ਜਿੱਧਰ ਇਹ ਸਾਰੀ ਤਕਰੀਬਨ ਰੇਤ ਹੀ ਹੈ ਪਈ ਵੀ ਜਾਣੇ ਆਮ ਕੀ ਕਿਆ ਪੈਗਾਮ ਦੱਸੋ ਰੇਤ ਚਾਹੀ ਕਿ ਨੋਜ਼ਲਾ ਸਸਤੀ ਹੈ ਖੁਸ਼ਖਬਰੀ ਹੈ ਜੀ ਕਿ ਰੇਤ ਜ਼ਾਹਿਰ ਹੈ ਉਮੀਦ ਹੈ ਕਿ ਕੋਈ 4,000-5,000 ਤੱਕ ਲੱਭ ਜਾਂਦੀ ਠੀਕ ਸਟਾਈ ਕਿ ਨੂੰ ਜਿਹਨਾਂ ਕੋਈ ਕੰਮ ਕਰਾਉਣਾ ਵੱਡੇ ਵਕਤ ਤੱਕ ਕੰਮ ਮੇਸੀ ਇਸ ਲਈ ਕਾ ਰੇਟ ਹੋ ਸੀ ਰੇਤੂ ਨਾਲ ਪਿਛਲਾ 6-7-8,000 ਰੁਪਏ ਦੀ ਟਰਾਲੀ ਸੀ ਆ ਦੋ ਵਾਰ ਫਰਕ ਪਈ ਜੀ ਇਹ ਡੀਜ਼ਲ ਵੀ ਬਹੁਤ ਮਹਿੰਗਾ ਹੈ ਪਾਜੀ ਕੀ ਕਰਾਂ ਜੀ ਇਹ ਉਹਨਾਂ ਵੀ ਆਪਣਾ ਖਰਚਾ ਕਰ ਡੀਜ਼ਲਾਂ ਨੇ ਕੱਢਣਾ ਇਹ ਤੋਂ ਬੱਚੇ ਬੱਚੇ ਬਾਤ ਕਰਨੇ ਆ ਉਹ ਤਾਂ ਸਾਰਾ ਰਾਉਂਡ ਆਏ ਕੋ ਪੁਜੀ ਸਿਚੁਏਸ਼ਨ ਹੈ ਇਥੇ ਨਹੀਂ ਜੀ ਇਹ ਠੀਕ ਹੋਈ ਗਿਆ ਅੱਗੇ ਦੋ ਵਾਰ ਸਾਲ ਸੀ ਮਿਸ਼ਨ ਹੋ ਰਿਹਾ ਦੂਆ ਦੋ ਸਾਲ ਹੀ ਹੋਈ ਗਈ ਨਾ ਪਹਿਲੇ ਨਹੀਂ ਸੀ ਇਹ ਹੁਣ ਤ੍ਰੀਏ ਸੀਜ਼ਨ ਤੋਂ ਦੋ ਸੀਜ਼ਨ ਤੋਂ ਬਾਅਦ ਨਹੀਂ ਸੀ ਹੁਣ ਇਹ ਤ੍ਰੀਏ ਸੀਜ਼ਨ ਵਿੱਚ ਪਰ ਇਹ ਸਾਈਡ ਪਰ ਜਿਹੜੇ ਨੇ ਅੱਜ ਤੋਂ 15-20 ਸਾਲ ਕਹਿੰਦਾ ਜ਼ਿਆਦਾ ਹੋਈ ਗਿਆ ਟਾਈਮ ਪਹਿਲੇ ਇੱਧਰੋਂ ਕੱਢੇ ਹੋਣੇ ਸਨ ਅਤੇ ਹੁਣ ਇਹ ਦੁਬਾਰਾ ਇੱਥੇ ਜਿਹਨਾਂ ਦੀ ਇਹ ਕੱਢੇ ਨੇ ਇਹ ਜਿਹੜੇ ਢੱਕੀ ਲੈ ਮੁੜੇ ਦੇ ਨਾਲ ਇਹ ਬੁਨੇ ਸਾਈਡ ਪਰ ਜਿਹੜੀ ਹੈ ਇੱਥੇ ਕੱਢ ਸਨ ਇਹ ਪਾਣੀ ਉਧਰੋਂ ਜਿਹੜਾ ਭੱਜੀ ਦੱਛਣਾ ਉਹ ਨਖਰਾਲੀ ਸਾਈਡ ਪਰ ਕੱਢਣੇ ਪਏ ਹੁਣ ਇਤਨਾ ਜ਼ੂਮ ਨਹੀਂ ਆਉਣਾ ਬੁਕਲੇਨ ਉੱਥੇ ਵੀ ਲੈ ਗਈ ਵੀ ਉਹ ਸਾਹਮਣੇ ਲਈ ਬੁਕਲੇਨ ਰੇਤ ਉਧਰੋਂ ਹੀ ਨਿਕਲੀ ਵੀ ਉਧਰ ਤਾਂ 2 ਸੱਟ ਲਏ ਵੀ ਜਾਣੇ ਇਹ ਗਈ ਤਾਂ ਵੀ ਠੀਕ ਹੈ ਪੋਜੀਸ਼ਨ ਨਿਕਲੀ ਹੈ ਇਸੇ ਚਲੋ ਨੇੜਾ ਹੋਈ ਅਸੀਂ ਇਹਦੇ ਹਾਲੇ ਇਹੀ ਕੋਈ ਮਸਲਾ ਰਹੀ ਗਿਆ ਨਹੀਂ ਤਾਂ ਕੋਈ ਪਾਈਪ ਸ਼ਾਇਪ ਬਸ ਹੁਣ ਜਿਹੜਾ ਪਾਣੀਆਂ ਵਾਲਾ ਬਾਕੀ ਹੈ ਕਿ ਬਾਕੀ ਸਿਸਟਮ ਠੀਕ ਹੀ ਹੈ ਹਾਂਜੀ ਜੋ ਸਭ ਹੁਣ ਜਿਹੜੀ ਆ ਵਾਪਸ ਰਸਤਾ ਤਾਂ ਠੀਕ ਹੁਣ ਨਹੀਂ ਖੜਿਆ ਨੇ ਇਹ ਸਾਲ ਚਲੋ ਥੋੜ੍ਹੀ ਮਿਹਨਤ ਅਸੀਂ ਨੇ ਅਗਲੇ ਸਾਲ ਬਣੀ ਅਸੀਂ ਨੇ ਤਿਆਰ ਹੀ ਹੋਈ ਤਿਆਰ ਹੀ ਹੋਈ ਅਸੀਂ ਨੇ ਠੀਕ ਹੈ ਜੀ ਵੀਡੀਓ ਕਰਨੇ ਹਾਂ ਐਂਡ ਅੱਲਾ ਸੁਣਨ ਵਾਲਾ ਜੀ ਦੁਆਈ ਯਾਦ ਰੱਖਿਆ ਨੇ ਨੈਕਸਟ ਵੀਡੀਓ ਜਿਹੜੀ ਹੈ ਕੱਲ੍ਹ ਨਹੀਂ ਹੈ ਉਹ ਸਿਆਖ ਮੇਲਾ ਸ਼ੁਰੂ ਹੋਈ ਰਿਹਾ ਅਤੇ ਕੱਲ੍ਹ ਉਹ ਤੁਸੀਂ ਕੀ ਅਪਡੇਟ ਦੇ ਸਕਦਾ ਉਸਨੂੰ ਵੀਡੀਓ ਬਣਾ ਸਾਂ ਸਿਆਖ ਮੇਲੇ ਨੇ ਅਤੇ ਹੁਣ ਇਹ ਵੀਡੀਓ ਕਰਨੇ ਐਂਡ ਅੱਲਾ ਸੁਣਨ ਵਾਲਾ ਜੀ